हाँ जी पंजाबियों, वाहेगुरु जी का खालसा जी, वाहेगुरु जी की फतेह। अज गल मैं करदा पंजाब दे मसंदां दी। पंजाब दे विच जिहड़े मसंद ने ओ लगभग इकट्ठे हुंदे दिखाई दे रहे ने। पंजाब दे जिन्ने भी मसंद ने, जिन्हां ने साडे नाल गदारियां कीतियां, जिन्हां ने साडी पिठ दे विच सुरा मारिया, जिन्हां ने साडे अकाल तख्त साहिब ते अटैक करवाए, जिन्हां ने अकाल तख्त साहिब ते अटैक होण तों बाद लड्डू वंडे, जिन्हां ने पंजाब दे विच चिट्टे नाल मुंडे मारे, जिन्हां ने चिट्ठियां लिखियां इंदिरा गांधी नूं कि आके संत जरनैल सिंह खालसा भिंडरां वालियां ते हमला करो, नहीं इह जिहड़ी साडी राजनीति है उहनूं चलण नहीं देऊगा। जिहड़े लोकां ने पंजाब दे पंजाबी बोल दे इलाके साडे नालों वक्खरे करते, जिहड़े लोकां ने आनंदपुर साहिब दा मता लागू नहीं होण दित्ता, जिहड़े लोकां ने 84 दे विच साडे अकाल तख्त साहिब ते फौजां चढ़ाईआं ते उहनां दी अगवाई कीती, अज उह लोक सारे इकट्ठे हो के इक मुठ हो के भाई अमृतपाल सिंह खालसा दा विरोध करन लगे होए ने। पंजाबीओ ਤੁਸੀਂ ਹਿਸਾਬ ਲਾ ਲਓ ਕਿ ਜਿੰਨੇ ਵੀ ਵੱਡੇ ਠੱਗ ਚੋਰ ਚਿੱਟੇ ਦੇ ਤਸਕਰ ਜਾਂ ਦਰਬਾਰ ਸਾਹਿਬ ਤੇ ਹਮਲੇ ਤੋਂ 6 ਜੂਨ ਤੇ ਘਰ ਦੇ ਵਿੱਚ ਪੂਰੀਆਂ ਦਾ ਲੰਗਰ, ਲੱਡੂਆਂ ਦਾ ਲੰਗਰ ਫੌਜ ਨੂੰ ਖਵਾਉਣ ਵਾਲੇ ਲੋਕ ਅੱਜ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਵਾਲ ਪੁੱਛ ਰਹੇ ਨੇ। ਸਵਾਲ ਤਾਂ ਇਹਨਾਂ ਨੂੰ ਅਸੀਂ ਪੁੱਛਦੇ ਹਾਂ, ਸਿੱਖ ਕੌਮ ਪੁੱਛਦੀ ਹੈ। ਪਹਿਲਾ ਸਵਾਲ ਬਿਕਰਮ ਮਜੀਠੀਏ ਨੂੰ, ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਿਰੋਧ ਚ ਬੋਲ ਰਿਹਾ ਹੈ ਕਿ ਮਜੀਠੀਆ ਸਾਹਿਬ ਤੁਹਾਡੇ ਚਿੱਟੇ ਨੇ ਕਿੰਨੀਆਂ ਮਾਵਾਂ ਦੇ ਘਰ ਉਜਾੜੇ ਹੈ, ਤੁਹਾਡੇ ਚਿੱਟੇ ਨੇ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਖਾਲੀ ਕੀਤੀਆਂ, ਤੁਸੀਂ ਨੇ ਮਜੀਠੀਏ ਹਲਕੇ ਦੇ ਵਿੱਚ ਕੀ ਕੁਝ ਕੀਤਾ, ਸਭ ਤੋਂ ਜ਼ਿਆਦਾ ਮੁੰਡੇ ਚਿੱਟੇ ਦੀ ਡੋਜ਼ ਨਾਲ ਮਜੀਠੀਏ ਹਲਕੇ ਦੇ ਵਿੱਚ ਮਰੇ ਹੈ, ਦਿਓ ਜਵਾਬ ਜੇਕਰ ਤੁਹਾਡੇ ਕੋਲ ਹੈ। ਉਸ ਤੋਂ ਬਾਅਦ ਦੂਜਾ ਸਵਾਲ, ਆ ਜਿਹੜੀਆਂ ਹੋਰ ਦੁੱਕੀਆਂ ਤਿੱਕੀਆਂ, ਆ ਮੈਂ ਤਰੋੜੇ ਅਰ ਗਿਆ ਸ਼ਿਵ ਸੈਨਾ ਵਾਲੇ ਪੂਸ ਨੂੰ ਅੱਗ ਲਾਈ ਫਿਰਦੇ ਆ, ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਲਈ ਤੁਸੀਂ ਕੀਤਾ ਕੀ ਹੈ। ਪੰਜਾਬ ਦੇ ਵਿੱਚ ਇੱਕ ਕੰਮ ਗਿਣਾ ਦਿਓ ਯਾਰ ਜਿਹੜਾ ਤੁਸੀਂ ਕੀਤਾ, ਸਿਰਫ ਬੋਲ ਕੇ ਭਕਾਈ ਮਾਰ ਕੇ ਬਕਵਾਸ ਕਰਕੇ ਸਕਿਉਰਟੀਆਂ ਲੈਣ ਤੋਂ ਬਿਨਾਂ, ਬੁਲਟ ਪਰੂਫ ਜਾਕਟਾਂ ਲੈਣ ਤੋਂ ਬਿਨਾਂ, ਪੰਜਾਬ ਦਾ ਮਾਹੌਲ ਖਰਾਬ ਕਰਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕੀਤਾ, ਤੇ ਤੁਹਾਡੀਆਂ ਦੁੱਕੀਆਂ ਤਿੱਕੀਆਂ ਦਾ ਜਵਾਬ ਦੇਣਾ ਅੰਮ੍ਰਿਤਪਾਲ ਦੇ ਲੇਵਲ ਦੀ ਗੱਲ ਹੀ ਨਹੀਂ ਕਿ ਤੁਹਾਨੂੰ ਕੋਈ ਜਵਾਬ ਦੇਵੇ। ਤੀਜੀ ਗੱਲ, ਅੱਜ ਇੱਕ ਬੀਬੀ ਲਕਸ਼ਮੀ ਕਾਂਤਾ ਬੋਲ ਰਹੀ ਸੀ ਕਿ ਮੈਂ 3 ਸਵਾਲ ਕਰਨੇ ਹੈ, ਜੇਕਰ ਅੰਮ੍ਰਿਤਪਾਲ ਖਾਲਸਾ 3 ਸਵਾਲਾਂ ਦਾ ਜਵਾਬ ਦੇ ਦੂਗਾ ਤਾਂ ਇੱਥੇ ਰਹਿ ਲੇ, ਨਹੀਂ ਦੁਬਈ ਜਾਵੇ ਟਰੱਕ ਚਲਾ ਲੇ। ਮੈਂ ਬੀਬੀ ਜੀ ਨੂੰ ਕਹਿਣਾ ਚਾਹੁੰਦਾ ਕਿ ਬੀਬੀ ਇਹ ਪੰਜਾਬ ਤੁਹਾਡੇ ਪਿਓ ਦਾ ਨਹੀਂ, ਕੌਮ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਇੱਥੇ ਲਿਆਂਦਾ ਤੇ ਕੌਮ ਦਾ ਉਹ ਆਗੂ ਬਣ ਕੇ ਉੱਭਰ ਰਿਹਾ, ਸਾਡੇ ਨੌਜਵਾਨਾਂ ਨੂੰ ਗੁਰੂ ਨਾਲ ਜੋੜ ਰਿਹਾ, ਸਾਡੇ ਨੌਜਵਾਨ ਚਿੱਟਾ ਛੱਡ ਕੇ ਅੱਜ ਅੰਮ੍ਰਿਤ ਛਕ ਰਹੇ ਨੇ, ਤੇ ਤੁਸੀਂ ਉਹ ਲੋਕ ਹੋ 6 ਜੂਨ ਵਾਲੇ ਦਿਨ ਤੁਹਾਡੇ ਘਰ ਦੇ ਵਿੱਚ ਪੂਰੀਆਂ ਦਾ ਲੰਗਰ ਚੱਲਦਾ ਸੀ, ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢਹਿਰੀ ਕੀਤਾ, ਨਿੱਕੇ ਨਿੱਕੇ ਮੁੰਡਿਆਂ ਦੇ ਪੜਪੜੀਆਂ ਚ ਗੋਲੀਆਂ ਮਾਰੀਆਂ ਗਈਆਂ, ਨਿਰਦੋਸ਼ੇ ਸਿੱਖ ਲੋਕ ਮਾਰੇ ਗਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸੰਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਤੇ ਤੁਸੀਂ ਉਸ ਦਿਨ ਲੱਡੂ ਬਣਦੇ ਸੀ, ਤੁਸੀਂ ਕੀਤਾ ਕੀ ਹੈ ਪੰਜਾਬ ਦੇ ਲਈ ਇਹ ਤਾਂ ਸਿੱਧ ਕਰ ਦਿਓ। ਤੇ ਜੇਕਰ ਅੱਜ ਕੌਮ ਖੜੀ ਹੋ ਰਹੀ ਹੈ, ਨੌਜਵਾਨ ਸਿੱਖੀ ਨਾਲ ਜੁੜ ਰਹੇ ਨੇ, ਤੇ ਫਿਰ ਤੁਹਾਡੇ ਢਿੱਡ 'ਚ ਚਲੂਣੇ ਕਿਉਂ ਲੜਦੇ ਹੈ, ਤੁਹਾਡੇ ਕਿਉਂ ਦਰਦ ਹੁੰਦਾ? ਸਵਾਲ ਪੁੱਛਣਾ ਬੀਬੀ ਸੈਂਟਰ ਦੀਆਂ ਸਰਕਾਰਾਂ ਨੂੰ ਪੁੱਛੋ, ਸਵਾਲ ਪੁੱਛਣਾ ਸੀ ਕਿ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਿਉਂ ਹੋਇਆ, ਸਵਾਲ ਪੁੱਛਣਾ ਸੀ ਸਮੇਂ ਦੀ ਸਰਕਾਰ ਨੂੰ ਕਿ ਬੰਦੀ ਸਿੰਘ ਰਿਹਾ ਕਿਉਂ ਨਹੀਂ ਹੁੰਦੇ, ਸਵਾਲ ਪੁੱਛਣਾ ਸੀ ਸਮੇਂ ਦੀ ਸਰਕਾਰ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲਦਾ, ਤੇ ਸਵਾਲ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪੁੱਛੋਗੇ? ਐਡੀ ਤੁਹਾਡੀ ਕੋਈ ਔਕਾਤ ਨਹੀਂ, ਐਡਾ ਕੋਈ ਤੁਸੀਂ ਵੱਡੀਆਂ ਕੁਰਬਾਨੀਆਂ ਨਹੀਂ ਦਿੱਤੀਆਂ ਪੰਜਾਬ ਦੇ ਲਈ ਕਿ ਤੁਸੀਂ ਚੱਕੋ ਮੂੰਹ ਤੇ ਸਵਾਲ ਪੁੱਛੋ।
ਤੁਹਾਡੀ ਦੇਣ ਕੀ ਹੈ ਯਾਰ, ਤੁਹਾਡੀ ਦੇਣ ਕੀ ਹੈ, ਤੁਹਾਡੀ ਕੋਈ ਦੇਣ ਨਹੀਂ। ਇੱਥੇ ਬਥੇਰੇ ਦੁੱਕੀਆਂ ਤਿੱਕੀਆਂ ਰਾਜੇ ਬੜਿੰਗ ਵਰਗੇ, ਰਾਜੇ ਬੜਿੰਗ ਵਰਗੇ ਭੌਂਕਦੇ ਆ ਨਾ, ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਲਈ ਦੱਸੋ ਕੀ ਕੀਤਾ। ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰੇ ਤੋਂ ਬਿਨਾਂ, ਗੁਰੂ ਦੀਆਂ ਬੇਅਦਬੀਆਂ ਕਰੇ ਤੋਂ ਬਿਨਾਂ, ਇੱਥੇ ਲੋਕਾਂ ਦੇ ਕਾਤਲ ਕਰਵਾਏ ਤੋਂ ਬਿਨਾਂ, 84 ਚ ਦੰਗੇ ਕਰਵਾਏ ਤੋਂ ਬਿਨਾਂ, ਤੁਹਾਡੀ ਕਾਂਗਰਸ ਨੇ ਦਿੱਤਾ ਕੀ ਹੈ ਪੰਜਾਬ ਨੂੰ ਦੱਸੋ। ਆ ਵੱਡੇ ਆ ਬਾਦਲ ਕੇ ਜਿਹੜੇ ਵੱਡੇ ਪੰਥਕ ਘਾਉਂਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਏ ਤੋਂ ਬਿਨਾਂ, ਬਲਾਤਕਾਰੀਏ ਨੂੰ ਮਾਫੀਆਂ ਦਿੱਤੇ ਤੋਂ ਬਿਨਾਂ, ਗੁਰੂ ਨੂੰ ਗਲੀਆਂ ਚ ਰਲਾਉਣ ਤੋਂ ਬਿਨਾਂ, ਤੁਸੀਂ ਦਿੱਤਾ ਕੀ ਹੈ ਪੰਜਾਬ ਨੂੰ? ਹੈ ਕੋਈ ਜਵਾਬ? ਤੁਹਾਡੇ ਬਿਕਰਮ ਮਜੀਠੀਏ ਨੇ ਚਿੱਟਾ ਚਿੱਟੇ ਤੋਂ ਬਿਨਾਂ, ਚਿੱਟੇ ਦਾ ਵਪਾਰ ਕਰੇ ਤੋਂ ਬਿਨਾਂ, ਨੌਜਵਾਨਾਂ ਦੇ ਕਾਤਲ ਕਰੇ ਤੋਂ ਬਿਨਾਂ ਕੀਤਾ ਕੀ ਹੈ ਪੰਜਾਬ ਦੇ ਲਈ? ਦਿਓ ਸਵਾਲਾਂ ਦੇ ਜਵਾਬ, ਦਿਓ। ਕੌਮ ਮੰਗਦੀ ਹੈ ਕਿ ਪੰਥ ਦੇ ਨਾਂ ਤੇ ਵੋਟਾਂ ਬਟੋਰਦੇ ਰਹੇ, ਲਿਫਾਫਿਆਂ ਦੇ ਵਿੱਚੋਂ SGPC ਦੇ ਪ੍ਰਧਾਨ ਲਾਉਂਦੇ ਰਹੇ। ਲੈ ਦਿਓ ਫਿਰ ਜਵਾਬ, ਆਓ ਬੈਠੋ। ਅੰਮ੍ਰਿਤਪਾਲ ਤੋਂ ਸਵਾਲ ਪੁੱਛਣ ਦੀ ਗੱਲ ਤਾਂ ਬਹੁਤ ਦੂਰ ਹੈ। ਆ ਇੱਕ ਗੁਰੂ ਦਾ ਨਿਮਾਣਾ ਸਿੰਘ ਤੁਹਾਡੇ ਨਾਲ ਬਹਿਸ ਕਰਨ ਦਾ ਹੀ ਪੂਰਾ ਮਾਦਾ ਰੱਖਦਾ, ਜਿਗਰਾ ਰੱਖਦਾ ਕਿ ਹੱਕ ਸੱਚ ਲਈ ਲੜ ਰਹੇ। ਤੁਹਾਡੇ ਨਾਲ ਤਾਂ ਅਸੀਂ ਵੀ ਬਹਿ ਸਕਦੇ ਹਾਂ, ਅੰਮ੍ਰਿਤਪਾਲ ਤੱਕ ਤਾਂ ਫੇਰ ਜਾਇਓ। ਪਹਿਲਾਂ ਪੰਜਾਬ ਦੇ ਲੋਕਾਂ ਦੇ ਆ ਗੱਲਾਂ ਦਾ ਜਵਾਬ ਦੇ ਦਿਓ, ਪੰਜਾਬ 'ਚ ਕੀਤੇ ਘਾਣ ਦਾ ਜਵਾਬ ਦੇ ਦਿਓ। ਅਕਾਲ ਤਖ਼ਤ ਸਾਹਿਬ ਤੇ ਹਮਲੇ ਹੋਏ ਤੇ ਲੱਡੂ ਵੰਡਣ ਵਾਲੇ ਦੇਣ ਜਵਾਬ ਆ ਬੀਬੀ ਜਿਹੜੀ ਅੱਜ ਕਹਿੰਦੀ ਹੈ ਵੀ ਅੰਮ੍ਰਿਤਪਾਲ ਪੰਜਾਬ ਛੱਡ ਜੇ। ਇਹ ਪੰਜਾਬ ਕਿਸੇ ਦੇ ਪਿਓ ਦਾ ਨਹੀਂ, ਇਹ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਡੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਪੰਜਾਬ ਵਸਾਇਆ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਪੰਜਾਬ ਸਾਡਾ ਦੇਸ਼ ਹੁੰਦਾ ਸੀ, ਪਰ ਉਸ ਤੋਂ ਬਾਅਦ ਗਦਾਰੀਆਂ ਹੋਈਆਂ ਤੇ ਅੱਜ ਸਾਨੂੰ ਸੂਬਾ ਬਣਾ ਕੇ ਰੱਖ ਦਿੱਤਾ। ਪੰਜਾਬੀ ਬੋਲਦੇ ਇਲਾਕੇ ਸਾਡੇ ਖੋਲੇ, ਸਾਡੀ ਮਾਂ ਬੋਲੀ ਸਾਡੀ ਖੋਲੀ। ਸਾਨੂੰ ਦਿੱਤਾ ਕੀ ਹੈ ਤੁਸੀਂ ਯਾਰ, ਜਿਹੜੇ ਅੱਜ ਤੁਸੀਂ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸਵਾਲ ਪੁੱਛਣ ਦੀਆਂ ਗੱਲਾਂ ਕਰਦੇ ਹੋ? ਕਿਉਂ ਹੋਇਆ ਇਹ ਸਭ ਕੁਛ, ਇਹ ਵੀ ਮੈਂ ਭਰਾਵੋ ਤੁਹਾਨੂੰ ਦੱਸਦਾ, ਵੀਡੀਓ ਨੂੰ ਸ਼ੇਅਰ ਕਰੀ ਚੱਲਿਓ। ਇਹ ਤਾਂ ਹੁੰਦਾ ਕਿਉਂਕਿ ਮਜੀਠੀਏ ਅਰਗੇ ਦਾ ਚਿੱਟਾ ਵਿਕਣੋਂ ਹਟ ਗਿਆ, ਮਜੀਠੀਏ ਦਾ ਚਿੱਟਾ ਵਿਕਣੋਂ ਹਟ ਗਿਆ, ਕਾਰੋਬਾਰ ਖੜ ਗਿਆ। ਆ ਜਿਹੜੀਆਂ ਆ ਬੀਬੀ ਜਿਹੜੀ ਅੱਜ ਕਹਿੰਦੀ ਹੈ, ਜਿਹੜੀ ਨੇ ਸਾਡੇ ਜ਼ਖਮਾਂ ਤੇ ਲੂਣ ਭੁੱਕਿਆ ਸੀ, ਲੱਡੂ ਵੰਡੇ ਸੀ, ਇਹਨਾਂ ਨੂੰ ਲੋਕ ਪੁੱਛਣੋਂ ਹਟ ਗਏ। ਅੱਜ ਕੌਮ ਖੜੀ ਹੋਣ ਲੱਗ ਗਈ ਦੁਬਾਰੇ ਪੈਰਾਂ ਤੇ, ਅੱਜ ਕੌਮ ਦੀ ਚੜ੍ਹਦੀ ਕਲਾ ਦੀਆਂ ਗੱਲਾਂ ਪੂਰੇ ਵਿਸ਼ਵ 'ਚ ਹੁੰਦੀਆਂ ਨੇ। ਅੱਜ ਪੰਜਾਬ ਦੇ ਨੌਜਵਾਨ ਨਸ਼ੇ ਛੱਡ ਕੇ ਅੰਮ੍ਰਿਤ ਛੱਕ ਰਹੇ ਨੇ, ਇਹਨਾਂ ਨੂੰ ਇਹੀ ਗੱਲਾਂ ਚੁਭਦੀਆਂ ਨੇ ਕਿ ਕੌਮ ਕਦੇ ਖੜੀ ਨਾ ਹੋਵੇ, ਸਿੱਖ ਕਦੇ ਦੁਬਾਰਾ ਮੁੜ ਚੜ੍ਹਦੀ ਕਲਾ 'ਚ ਨਾ ਹੋ ਜਾਣ। ਪੰਜਾਬ ਦੇ ਨੌਜਵਾਨ ਸਿੱਖਾਂ ਦੇ ਮੁੰਡੇ ਨਸ਼ੇ ਛੱਡ ਕੇ ਚਿੱਟੇ ਦਾ ਕੋੜ ਵੱਢ ਕੇ ਅੰਮ੍ਰਿਤ ਨਾ ਛੱਕ ਲੈਣ, ਗੁਰੂ ਵਾਲੇ ਨਾ ਬਣ ਜਾਣ, ਤਾਂ ਦਰਦ ਹੁੰਦਾ, ਤਾਂ ਚਨੂਨੇ ਲੜਦੇ ਆ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੁੱਕੀਆਂ ਤਿੱਕੀਆਂ ਤੋਂ ਘਬਰਾਉਣ ਦੀ ਲੋੜ ਨਹੀਂ। ਹਮੇਸ਼ਾ ਹੀ ਸਿੱਖ ਕੌਮ ਚੜ੍ਹਦੀ ਕਲਾ 'ਚ ਰਹੀ ਹੈ ਤੇ ਚੜ੍ਹਦੀ ਕਲਾ 'ਚ ਅੱਗੇ ਰਹੂਗੀ। ਪੰਜਾਬ ਦੇ ਨੌਜਵਾਨੋ, ਉੱਠੋ ਯਾਰ, ਸਾਡੇ ਲਈ ਪਰਿਵਾਰ ਵਾਰ ਗਏ ਸਾਡੇ ਗੁਰੂ, ਬੰਦ ਬੰਦ ਸਾਡੇ ਲਈ ਕੱਟਿਆ ਗਿਆ, ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿਹਦੇ ਲਈ? ਸਾਡੇ ਲਈ, ਸਾਡੇ ਬੱਚਿਆਂ ਲਈ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ, ਦੂਜੇ ਧਰਮਾਂ ਦੇ ਲਈ ਸਾਡੇ ਗੁਰੂ ਸ਼ਹੀਦੀਆਂ ਪਾ ਗਏ ਯਾਰ। ਤੇ ਤੁਸੀਂ ਅੱਜ ਆਪਦੇ ਧਰਮ ਤੇ ਜੇਕਰ ਕੋਈ ਭੀੜ ਪੈਂਦੀ ਹੈ, ਜਿਵੇਂ ਸਾਡੇ ਬੇਅਦਬੀ ਦਾ ਇਨਸਾਫ਼ ਨਹੀਂ ਇਹ ਲੋਕ ਦੇ ਰਹੇ, ਜਿਵੇਂ ਕਿ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੇ, ਜਿਵੇਂ ਕਿ ਲਿਟਰੇਚਰ ਰੱਖਣ ਤੇ ਸਾਨੂੰ ਉਮਰ ਕੈਦ ਹੋ ਜਾਂਦੀ ਹੈ, ਜੱਗੀ ਜੌਹਲ ਵਰਗੇ ਜਿਨ੍ਹਾਂ ਭਰਾਵਾਂ ਕੋਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਕਿਤਾਬਾਂ ਮਿਲਦੀਆਂ ਨੇ, ਉਹਨਾਂ ਨੂੰ ਇਹ ਉਮਰ ਕੈਦ ਕਰ ਦਿੰਦੇ ਹੈ। ਅੱਜ ਸਾਨੂੰ ਉੱਠਣਾ ਪੈਣਾ, ਉਹਨਾਂ ਗੁਰੂਆਂ ਦੇ ਰਾਹ ਤੇ ਚੱਲਣਾ ਪੈਣਾ ਜਿਹੜਾ ਰਾਹ ਸਾਨੂੰ ਗੁਰੂ ਦਿਖਾ ਕੇ ਗਏ ਸੀ। ਆਓ ਭਰਾਵੋ ਯਾਰ, ਨਸ਼ੇ ਛੱਡੋ, ਤਿਆਗ ਕੇ ਨਸ਼ਿਆਂ ਨੂੰ ਗੁਰੂਆਂ ਵੱਲੋਂ ਬਖਸ਼ੇ ਪੰਜਾਬ ਨੂੰ ਬਚਾ ਲਈਏ। ਜਿੰਨਾ ਕੁ ਪੰਜਾਬ ਸਾਡੇ ਕੋਲ ਰਹਿ ਗਿਆ ਇਹਨੂੰ ਸਾਂਭ ਲਈਏ ਯਾਰ। ਸਾਡੀ ਬੋਲੀ ਵੀ ਮਾਰੀ ਜਾਂਦੀ ਹੈ, ਸਾਡੀ ਧਰਤੀ ਵੀ ਜ਼ਹਿਰੀਲੀ ਹੋਈ ਜਾਂਦੀ ਹੈ,
ਸਾਡੀ ਹਵਾ ਵੀ ਗੰਧਲੀ ਹੋ ਗਈ, ਘਰ ਘਰ ਦੇ ਵਿੱਚ ਕੈਂਸਰ ਵੜ ਗਏ, ਚਿੱਟਾ ਵੜ ਗਿਆ। ਤੇ ਆ ਇੱਕ ਹੋਰ ਚਿੱਟਾ ਕੋੜ ਜਿਹੜਾ ਪੰਜਾਬ ਨੂੰ ਛੱਡ ਛੱਡ ਤੁਸੀਂ ਵਿਦੇਸ਼ਾਂ 'ਚ ਜਾ ਰਹੇ ਹੋ, ਤੇ ਸਾਡੇ ਪੱਲੇ ਕੀ ਰਹਿ ਗਿਆ ਯਾਰ। ਇਸ ਕਰਕੇ ਭਰਾਵੋ ਉੱਠੋ ਜਾਗੋ, ਚਿੰਗ ਲਾਓ ਯਾਰ, ਉਦਾਹਰਨ ਲੈ ਲਿਆ ਕਰੋ। ਮੈਂ ਦੋ ਬੰਦਿਆਂ ਦੀ ਉਦਾਹਰਨ ਦਿੰਦਾ ਹੁੰਦਾ ਕਿ ਸਾਡਾ ਭਰਾ ਅੱਜ ਭਾਵੇਂ ਸਾਡੇ 'ਚ ਨਹੀਂ, ਸਿੱਧੂ ਮੂਸੇ ਵਾਲਾ ਕਨੇਡਾ ਛੱਡ ਕੇ ਇੱਥੇ ਆ ਕੇ ਕਮਾਈ ਵੀ ਕੀਤੀ, ਹਿੱਕ ਦੇ ਜ਼ੋਰ ਤੇ ਗਾਇਆ ਵੀ, ਤੇ ਲੋਕਾਂ ਨੂੰ ਹਵੇਲੀ ਪਾ ਕੇ ਜ਼ਮੀਨ ਖਰੀਦ ਕੇ ਦੱਸਤਾ ਕਿ ਪੰਜਾਬ 'ਚ ਲੈ ਕੇ ਅਸੀਂ ਸਭ ਕੁਛ ਕਰ ਸਕਦੇ ਹਾਂ। ਨੰਬਰ 2 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੁਬਈ 'ਚ ਸੀ, ਸਭ ਕੁਛ ਕਰ ਸਕਦਾ ਸੀ, ਸਭ ਪੈਸਾ ਸੀ, ਗੱਡੀਆਂ ਚੱਲਦੀਆਂ ਸੀ, ਪਰ ਚਿੰਗ ਲੱਗੀ ਅੰਦਰੋਂ, ਰੂਹ ਨੇ ਆਵਾਜ਼ ਮਾਰੀ ਕਿ ਪੰਜਾਬ ਦੇ ਲਈ ਕਰਨਾ, ਕੌਮ ਦੇ ਲਈ ਕੁਛ ਕਰਨਾ, ਦੁਬਈ ਛੱਡ ਕੇ ਇੱਥੇ ਆਇਆ। ਤੇ ਸਾਡੇ ਲਈ ਅੱਜ ਜਾਣ ਦੀ ਪਰਵਾਹ ਕੀਤੇ ਬਿਨਾਂ ਥੇਲੀ ਤੇ ਧਰ ਕੇ ਹਕੂਮਤਾਂ ਨਾਲ ਲੜ ਰਿਹਾ, ਪੰਗੇ ਲੈ ਰਿਹਾ, ਉਹ ਵੀ ਕਿਸੇ ਮਾਂ ਦਾ ਪੁੱਤ ਹੈ ਯਾਰ। ਉਹਨਾਂ ਮਾਵਾਂ ਨੇ ਉਸ ਨੂੰ ਜਨਮ ਦਿੱਤਾ, ਉਹਨਾਂ ਮਾਵਾਂ ਦੀਆਂ ਕੁੱਖਾਂ ਚੋਂ ਅਸੀਂ ਆਏ ਹਾਂ, ਜਿਹੜੀਆਂ ਮਾਵਾਂ ਦੀਆਂ ਕੁੱਖਾਂ ਚੋਂ ਸਾਡੇ ਗੁਰੂ ਪੈਦਾ ਹੋਏ, ਬੰਦ ਬੰਦ ਕਟਵਾਉਣ ਵਾਲੇ ਪੈਦਾ ਹੋਏ, ਸ਼ੇਰੇ ਪੰਜਾਬ ਰਣਜੀਤ ਸਿੰਘ ਪੈਦਾ ਹੋਏ, ਹਰੀ ਸਿੰਘ ਨਲੂਆ ਪੈਦਾ ਹੋਏ। ਤੇ ਇਤਿਹਾਸ ਚੱਕ ਕੇ ਦੇਖੋ ਪੰਜਾਬ ਦੇ ਨੌਜਵਾਨੋ, ਸਾਡੇ ਕੋਲ ਬਹੁਤ ਵਧੀਆ ਇਤਿਹਾਸ ਹੈ। ਦੁਨੀਆਂ ਦੀ ਕਿਸੇ ਵੀ ਕੌਮ ਕੋਲ ਸਾਡੇ ਵਰਗਾ ਇਤਿਹਾਸ ਨਹੀਂ। ਤੇ ਫਿਰ ਅਸੀਂ ਨਸ਼ਿਆਂ 'ਚ ਪੈ ਕੇ ਅਸੀਂ ਪੰਜਾਬ ਦੀ ਖਾਤਰ ਬਿਲਕੁਲ ਵੀ ਨਹੀਂ ਲੜ ਸਕਦੇ। ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਅਸੀਂ ਬੇਅਦਬੀਆਂ ਦਾ ਇਨਸਾਫ ਨਹੀਂ ਲੈ ਸਕਦੇ, ਅਸੀਂ ਗੁਰੂ ਵਾਲੇ ਨਹੀਂ ਬਣ ਸਕਦੇ। ਇਤਿਹਾਸ ਪੜ੍ਹ ਕੇ ਦੇਖੋ ਨੌਜਵਾਨ ਵੀਰੋ, ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ। ਆ ਦੁੱਕੀਆਂ ਤੁੱਕੀਆਂ, ਆ ਮਜੀਠੇ ਸਜੀਠੇ, ਬਾਦਲ ਬੂਦਲਾ, ਬੜਿੰਗ ਬੜੁੰਗ ਅਰਗੇ, ਆ ਬੀਬੀ ਕਾਂਤਾ ਕੁੰਤਾ ਅਰਗੇ, ਇਹਨਾਂ ਨੂੰ ਜਵਾਬ ਦੇ ਦਿਆ ਕਰੋ। ਇੱਕ ਬੇਅੰਤੇ ਦਾ ਪੋਤਾ ਬਿੱਟੂ ਜਿਹੜਾ ਉਹ ਜਵਾ ਮਾਰਦਾ ਹੁੰਦਾ, ਕਿਉਂਕਿ ਮਸੰਦ ਸਾਡੇ 'ਚ ਹੀ ਬੈਠੇ ਹੈ। ਇਹਨਾਂ ਮਸੰਦਾਂ ਨੂੰ ਜਵਾਬ ਦੇ ਦਿਆ ਕਰੋ, ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ, ਪੰਜਾਬ ਲਈ ਲੜੋ। ਪੰਜਾਬ ਲਈ ਲੜਨਾ ਪੈਣਾ, ਸਾਡੇ ਪੰਜਾਬ ਨੂੰ ਬਚਾਉਣਾ ਪੈਣਾ, ਨਸ਼ਿਆਂ ਦੇ ਕੋਹੜ 'ਚੋਂ ਕੱਢਣਾ ਪੈਣਾ, ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣਾ ਪੈਣਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣਾ ਪੈਣਾ। ਆਓ ਭਰਾਵੋ ਇਕੱਠੇ ਹੋ ਜਾਈਏ, ਤੇ ਆਹ ਮਸੰਦਾਂ ਨੂੰ ਮੇਰਾ ਚੈਲੰਜ ਹੈ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ, ਤੁਸੀਂ ਨਕਾਰੇ ਹੋਏ ਹੋ ਪੰਥ ਦੇ ਵਿੱਚੋਂ ਵੀ, ਸਿੱਖ ਕੌਮ ਤੁਹਾਨੂੰ ਮੂੰਹ ਨਹੀਂ ਲਾਉਂਦੀ। ਇਸ ਕਰਕੇ ਆਪਦਾ ਬੋਰੀ ਬਿਸਤਰਾ ਗੋਲ ਕਰੋ, ਜਾਂ ਤਾਂ ਇੱਥੋਂ ਪੰਜਾਬ ਛੱਡ ਦਿਓ, ਜਾਂ ਆਪਦੇ ਘਰਾਂ 'ਚ ਬਹਿ ਜਾਓ, ਨਹੀਂ ਫਿਰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਨਕਾਰਿਆ ਹੋਇਆ, ਮੂੰਹ ਤਾਂ ਤੁਹਾਨੂੰ ਲਾਉਣਾ ਹੀ ਨਹੀਂ, ਤੇ ਫਿਰ ਤੁਹਾਨੂੰ ਨਾ ਕਦੇ ਮਾਫ਼ ਕਰਨਾ। ਤੁਸੀਂ ਗਦਾਰ ਲੋਕ ਹੋ, ਤੁਸੀਂ ਗਦਾਰੀਆਂ ਪੰਥ ਨਾਲ ਕੀਤੀਆਂ, ਕੌਮ ਨਾਲ ਕੀਤੀਆਂ ਨੇ, ਤੇ ਤੁਹਾਨੂੰ ਕਦੇ ਮਾਫ਼ੀ ਨਹੀਂ। ਇਸ ਕਰਕੇ ਬੀਬੀ ਕਾਂਤਾ ਨੂੰ ਬੇਨਤੀ ਹੈ ਕਿ ਪੰਜਾਬ ਸਾਡਾ ਤੇ ਸਾਡਾ ਹੀ ਰਹੂਗਾ, ਤੁਹਾਡੇ ਵਰਗੇ ਇੱਥੇ ਮਸੰਦ ਲੋਕ ਸਾਡੇ ਤੋਂ ਸਵਾਲ ਜਵਾਬ ਨਹੀਂ ਪੁੱਛ ਸਕਦੇ। ਤੁਹਾਡੀ ਕੋਈ ਔਕਾਤ ਨਹੀਂ ਕਿ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਸਵਾਲ ਪੁੱਛੋ, ਕਿਉਂਕਿ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਸਾਡੇ ਜ਼ਖਮਾਂ 'ਤੇ ਲੂਣ ਭੁੱਖਿਆ, ਲੱਡੂ ਵੰਡੇ ਹੈ, ਸਾਡੇ ਸੰਤ ਸ਼ਹੀਦ ਹੋਏ ਹੈ, ਅਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਪੂਰੀਆਂ ਦੇ ਲੰਗਰ ਚਲਾਏ ਹੈ, ਅਤੇ ਹਕੂਮਤ ਦੀ ਜਿਹੜੀ ਫੌਜ ਸੀ ਉਹ ਤੁਹਾਡੇ ਘਰੋਂ ਲੱਡੂ ਆਇਆ ਉਹਨਾਂ ਦੇ ਲਈ, ਅਤੇ ਤੁਸੀਂ ਸਵਾਲ ਪੁੱਛੋਗੇ, ਇਹ ਕਦੇ ਨਹੀਂ ਹੋ ਸਕਦਾ। ਇਸ ਕਰਕੇ ਪੰਜਾਬ ਦੇ ਲੋਕੋ ਤਕੜੇ ਹੋ ਜਾਓ, ਇਕੱਠੇ ਹੋ ਜਾਓ, ਆਓ ਇਕੱਠੇ ਹੋ ਕੇ ਕੌਮ ਦੀ ਗੱਲ ਕਰੀਏ, ਸਿੱਖੀ ਦੀ ਗੱਲ ਕਰੀਏ, ਅਤੇ ਚੜ੍ਹਦੀ ਕਲਾ ਵੱਲ ਜਾਈਏ। ਇੰਨੀਆਂ ਕੁ ਬੇਨਤੀਆਂ ਸੀ, ਚੰਗੀ ਗੱਲ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ, ਪੇਜ ਨੂੰ ਫੋਲੋ ਜ਼ਰੂਰ ਕਰ ਲਿਓ, ਕਿਉਂਕਿ ਆਪਣੇ ਕੋਲ ਇੱਕ ਰਾਹ ਹੈ ਸੋਸ਼ਲ ਮੀਡੀਆ ਰਾਹੀਂ ਕਿ ਆਪਾਂ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹਾਂ, ਉਹਨਾਂ ਲੋਕਾਂ ਨੂੰ ਜਵਾਬ ਦੇ ਸਕਦੇ ਹਾਂ, ਮੂੰਹ ਤੋੜਵਾਂ ਜੋ ਆਪਾਂ ਦੇ ਰਹੇਗੇ। ਗਰਾਊਂਡ 'ਤੇ ਵੀ ਕੰਮ ਕਰੋ, ਇਹ ਵੀ ਨਹੀਂ ਇਕੱਲਾ ਫੇਸਬੁੱਕਾਂ 'ਤੇ ਬਹਿ ਕੇ ਬੋਲ ਕੇ ਛੱਡ ਦਿਉ, ਕਿਉਂਕਿ ਇਕੱਲੀਆਂ ਫੇਸਬੁੱਕਾਂ ਨੇ ਕੌਮ ਨੂੰ ਨਹੀਂ ਬਚਾਉਣਾ। ਗਰਾਊਂਡ 'ਤੇ ਆਓ, ਗਰਾਊਂਡ 'ਤੇ ਇਕੱਠੇ ਹੋ ਕੇ ਲੱਗ ਕੇ ਕੰਮ ਕਰੀਏ। ਫੇਸਬੁੱਕਾਂ 'ਚ ਇਹ ਸੰਦੇਸ਼ ਆ ਜਿਹੜਾ ਸੰਗਤ ਨੂੰ ਦਿਆ ਕਰੋ, ਇਹ ਨਹੀਂ ਵੀ ਇਕੱਲਾ ਆਪਾਂ ਫੇਸਬੁੱਕਾਂ 'ਤੇ ਬੋਲਤਾ 'ਤੇ ਰਜਾਈ ਲਈ ਅਤੇ ਸੌਂਗੇ। ਕੌਮ ਦੇ ਲਈ ਕੰਮ ਵੀ ਕਰਨਾ ਪੈਣਾ, ਪਰਿਵਾਰ ਵੀ ਛੱਡਣਾ ਪੈਣਾ,
ਇੱਥੇ ਰੱਖ ਕੇ ਚਲਾਉਣਾ ਪੈਣਾ ਤਲੀ 'ਤੇ। ਇਹੀ ਬੇਨਤੀਆਂ ਨੇ ਨੌਜਵਾਨ ਨੂੰ ਵੱਧ ਤੋਂ ਵੱਧ ਅੰਮ੍ਰਿਤ ਛਕੋ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦਿਓ ਅਤੇ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।